सारे ठीक ठाक हो ते एक मैं चीज एक स्पेशल बनाई है हनी जी वास्ते छोटी जी चीज ये बड़े दिनों दे मैनू कहिंदे सी काफी टाइम हो गया कहिंदे तू किरण ओ चीज तू बनाई ते अज मैं बनाई है ते पता नहीं हुण मैं उन्हां नूं दिखाऊंगी जे आए नहीं काम तो ते काम तो आउणगे ते फिर उन्हां नूं मैं दिखाऊंगी पसंद उन्हां नूं आउंदी है कि नहीं आउंदी ते मैं ते बड़ी मेहनत ला के बनाई है ते मैनू इस चीज़ का शौक भी बड़ा है तुहानूं बाकी पता लग ही जाऊ की बनाया दिखावांगे तुहानूं उस चीज़ का नाम है टैडी ते ओह जदों मैं पहला कुवारी हुंदी सी उदों भी मैं अपने घर बनाई सी टैडी बियर बनाया है छोटा जिहा ते सारिआं ने ओह बहुत पसंद आया ते मम्मी डैडी ने अजे भी संभाल के रखिआ है ते जदों मैं जांदी आ ते ओह फिर दिखाउंदे किहड़ा ना तूं बनाया ते उन्होंने फिर याद आ जाती तो इन्होंने भी देखा वा तो कहें किरण तू अपने घर भी इदा का बनाई भी छोटा जहा टैडी बियर तो फिर ये काम से गए तो मगरों में बनाया है तो उन्होंने दिखावगी। हाँ जी किवें हो सारे ठीक ठाक हो सुनाओ सब ठीक ठाक वधिया नज़ारे बजे तीआं लगियां कि नहीं। हाँ जी तो किरण जी ने तुहानूं दस दित्ता इन्हें अज ना कोई स्पैशल चीज़ तैयार की ਕਿਹੜੀ ਚੀਜ਼ ਤਿਆਰ ਕੀਤੀ ਆ ਜੇ ਕਹਿਣ ਡੇ ਕੋਈ ਟੈਡੀ ਬੇਅਰ ਕੀਤਾ ਤਿਆਰ ਚਲੋ ਆਓ ਜੀ ਤੁਹਾਨੂੰ ਵਿਖਾਉਂਦੇ ਹਾਂ ਫਿਰ ਕਿਹੜਾ ਟੈਡੀ ਬੇਅਰ ਕੀਤਾ ਤਿਆਰ ਲੈ ਲਓ ਕਾਲ ਕਿਹੜੀ ਚੀਜ਼ ਆ ਲਓ ਜੀ ਆਹ ਮੇਰਾ ਛੋਟਾ ਜਿਹਾ ਟੈਡੀ ਬੇਅਰ ਗਿਫਟ ਤਿਆਰ ਕੀਤਾ ਆਪਣੇ ਹੱਥ ਦੇ ਨਾਲ ਹੁਣ ਇੱਧਰ बड़ी मेहनत हसी जान डे कहिंदे की बनाया आ पिछों वेखो ਕਿੰਨੀ ਮਿਹਨਤ ਮੈਂ ਕੀਤੀ ਹੈ ਤੇ ਕਹਿੰਦੇ ਇਹ ਕੀ ਬਣਾਤਾ ਆ ਲਓ ਜੀ ਮੇਰਾ ਟੈਡੀ ਬੀਅਰ ਤੁਹਾਨੂੰ ਕਰਕੇ ਮੈਨੂੰ ਲੱਗਾ ਇਹ ਤੇ ਬਸ ਹੱਸੀ ਜਾਣ ਡੇ ਕਹਿੰਦੇ ਕਿ ਬਣ ਕੀ ਗਿਆ ਆਏ ਇੱਥੇ ਮੈਂ ਮਿਹਨਤ ਕਰਤੀ ਸਾਰਾ ਦਿਨ ਖੱਪ ਗਈ ਹਾਂ ਸੂਈ ਧਾਗੇ ਨਾਲ ਪਰੋ ਪਰੋ ਗਈ ਅਤੇ ਕਹਿੰਦੇ ਇਹ ਕੀ ਬਣਾਤਾ ਤੂੰ ਨਿਗਾ ਜਾ ਇਸ ਸਪੈਸ਼ਲ ਮੈਂ ਤੁਹਾਨੂੰ ਦੱਸਾਂ ਕਿ ਇਸ ਕਰਕੇ ਬਣਾਇਆ ਕਿ ਇਹ ਨਾਲੇ ਕੰਮ ਤਾਂ ਆਉਣਗੇ ਅਤੇ ਥੋੜ੍ਹਾ ਇਹਨਾਂ ਦੇ ਮੂੰਹ 'ਤੇ ਥੋੜ੍ਹਾ ਹਾਸਾ ਆਊਗਾ ਖੁਸ਼ ਹੋਣਗੇ ਅਤੇ ਉਹ ਗੱਲ ਹੋਈ ਖੁਸ਼ ਹੋਣ ਡੇ ਬੜੇ ਕਿ ਇਹਨਾਂ ਨੂੰ ਖੁਸ਼ ਹੋਰ ਕਿਸੇ ਨੇ ਇਹਦੇ ਬਾਰੇ ਕੋਈ ਵਿਚਾਰ ਦੇਣੀ ਹੋਵੇ ਤਾਂ ਕਮੈਂਟਾਂ ਵਿੱਚ ਦੇ ਸਕਦਾ ਤੁਸੀਂ ਦੱਸਿਓ ਵੀ ਇਹ ਕਿਵੇਂ ਦਾ ਤੁਹਾਨੂੰ ਲੱਗਾ ਮੇਰਾ ਟੈਡੀ ਬੀਅਰ ਜ਼ਰੂਰ ਦੱਸਿਓ ਨਹੀਂ ਸਹੀ ਲੱਗਾ ਤਾਂ ਤਾਂ ਵੀ ਦੱਸਿਓ ਮੈਂ ਤਾਂ ਮਿਹਨਤ ਬੜੀ ਕੀਤੀ ਹੈ ਅਤੇ ਮੇਰਾ ਦਿਲ ਨਾ ਦਿਖਾਇਓ ਸਾਰੇ ਜਾਣੇ ਅਤੇ ਤੁਸੀਂ ਇਹੋ ਕਹਿਣਾ ਕਿ ਬਹੁਤ ਸੋਹਣਾ ਬਣਿਆ ਹੈ ਅਤੇ ਮੇਰੀ ਸੈਡ ਲਿਓ ਸਾਰੇ ਜਾਣੇ ਅਤੇ ਠੀਕ ਆ ਅਤੇ ਤੁਹਾਨੂੰ ਵੀ ਫਿਰ ਬਣਾ ਕੇ ਦਿਆ ਕਰਾਂਗੇ ਇਹੋ ਜਿਹੇ ਇਹੋ ਜਿਹੇ ਔਨਲਾਈਨ ਵੀ ਇਹ ਫ੍ਰੀ ਦਾ ਨਹੀਂ ਕੰਮ ਹੈਗੇ ਤੇ ਬਸ ਪੈਸੇ ਲੱਗਣੇ ਜੇ ਪਾਈਏ ਜਿੰਨੇ ਬਣਾਉਣਾ ਜੀ
ਇੱਕ ਦੇ ਕਿੰਨੇ ਤੁਸੀਂ ਪੈਸੇ ਬਾਜ਼ਾਰੋਂ ਲੈਂਦੇ ਹੋ ਨਾ ਇਹ ਟੈਡੀ ਬੀਅਰ ਕਿੰਨੇ ਮਹਿੰਗੇ ਦਿੰਦੇ ਔਰ ਇਹ ਤਾਂ ਖਲੋਂਦਾ ਹੀ ਨਹੀਂ ਖਲੋਣ ਵਾਲਾ ਇਹਦਾ ਕੰਮ ਹੀ ਨਹੀਂ ਹੈ ਕਿਤੇ ਡਿੱਗੀ ਫਿਰਦਾ ਹੈ ਜਿੱਦਾਂ ਜਵਾਨ ਹੀ ਨਹੀਂ ਹੈਗੀ ਇਹਦੇ 'ਚ ਸਾਹ ਪਰਾਣੇ ਨਹੀਂ ਬਸ ਦਿਖਾਵਾ ਹੀ ਹੈ ਵੇਖਣ ਨੂੰ ਦੱਸ ਚਲੋ ਸੋਹਣਾ ਲੱਗਣ ਡਿਆ ਮੈਨੂੰ ਵੀ ਤਾਂ ਤੁਸੀਂ ਦੱਸਿਓ ਕਦੇ ਕਿੱਦਾਂ ਲੱਗਦਾ ਤੁਹਾਨੂੰ ਮੇਰਾ ਇਹ ਛੋਟਾ ਜਿਹਾ ਟੈਡੀ ਬੀਅਰ ਮੈਨੂੰ ਬਹੁਤ ਪਿਆਰਾ ਲੱਗਦਾ ਇਸ ਚੀਜ਼ਾਂ ਦਾ ਮੈਨੂੰ ਬੜਾ ਸ਼ੌਂਕ ਆ ਮੈਂ ਅੱਜ ਟਾਈਮ ਪਾਸ ਕੀਤਾ ਮੈਂ ਚੱਲ ਇਹ ਬਣਾ ਲੈਂਦੀ ਹਾਂ ਓਦਾਂ ਦੇ ਹੁੰਦੀ ਨੀ ਗੱਲ ਚ ਗਾਨੀ ਤੇ ਮੈਂ ਆਪ ਪਾਈ ਸੌਂਕ ਦੇ ਨਾਲ ਹਾਂਜੀ ਤੁਸੀਂ ਦੱਸਿਓ ਸਾਰੇ ਜਾਣੇ ਕਿ ਇਹ ਸਾਡੇ ਪਿਆਰੇ ਜੇ ਟੈਡੀ ਬੀਅਰ ਵਾਲਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਅਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਇਹ ਕਿਵੇਂ ਦਾ ਬਣਿਆ ਠੀਕ ਆ ਅਤੇ ਬਾਕੀ ਚੈਨਲ ਸਾਡੇ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਦਬਾ ਦਿਓ ਬਾਏ ਬਾਏ ਇੱਕ ਮੈਂ ਤੁਹਾਨੂੰ ਆਪਣੇ ਡੈਡੀ ਜੀ ਵੱਲੋਂ ਦੱਸਾਂਗੀ ਉਹਨਾਂ ਦੀ ਛੋਟੀ ਜਿਹੀ ਕਲਿੱਪ ਆ ਅਤੇ ਉਹ ਵਿੱਚ ਸੌਂਗ ਬੋਲਣ ਡੇ ਬਹੁਤ ਹੀ ਪਿਆਰਾ ਅਤੇ ਤੁਹਾਨੂੰ ਪਤਾ ਚੱਲ ਹੀ ਜਾਏਗਾ ਕੀ ਬੋਲਣ ਡੇ ਚੱਲ 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 ਮੇਰੇ ਹਾਥੀ ਮੇਰੇ ਸਾਥੀ ਸੋਹਣੇ ਯਾਰ ਦਕਮਾ ਸੋਹਣੇ ਯਾਰ ਦਕਮਾ ਬੰਦ ਹੈ ਮੋਟਕਾ ਚੱਲ 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 ਮੇਰੇ ਹਾਥੀ ਮੇਰੇ ਸਾਥੀ ਸੋਹਣੇ ਯਾਰ